ਪੰਜਾਬੀ ਡਿਕਟੇਸ਼ਨ ਸਪੀਡ 130 ਸ਼ਬਦ ਪ੍ਰਤੀ ਮਿੰਟ ਅੰਜੀ ਰੈਡੀ ਸਟਾਰ ਨਿਰੋਈ ਖੁਰਾਕ ਉਸ ਨੂੰ ਆਖਦੇ ਹਨ ਜਿਸ ਤੋਂ ਸਰੀਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਪੋਸ਼ਟਿਕ ਤੱਤ ਠੀਕ ਮਾਤਰਾ ਵਿੱਚ ਅਤੇ ਯੋਗ ਮਿਕਦਾਰ ਵਿੱਚ ਪ੍ਰਾਪਤ ਹੁੰਦੇ ਹਨ ਸਰਦੀਆਂ ਵਿੱਚ ਕਿਉਂਕਿ ਸਰੀਰਕ ਕਿਰਿਆਵਾਂ ਬਦਲਦੀਆਂ ਰਹਿੰਦੀਆਂ ਹਨ ਇਸ ਲਈ ਸਾਨੂੰ ਆਪਣੀ ਖੁਰਾਕ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਸਰਦੀਆਂ ਵਿੱਚ ਗਰਮੀਆਂ ਨਾਲੋਂ ਜ਼ਿਆਦਾ ਸ਼ਕਤੀ ਦੀ ਲੋੜ ਹੁੰਦੀ ਹੈ ਕਿਉਂਕਿ ਬਾਹਰਲਾ ਤਾਪਮਨ ਸਰੀਰ ਦੇ ਤਾਪਮਨ ਨਾਲੋਂ ਘੱਟ ਹੁੰਦਾ ਹੈ ਇਸ ਲਈ ਇਹ ਤਾਕਤ ਅਸੀਂ ਮੂੰਗਫਲੀ, ਤਿਲ, ਸੋਇਆਬੀਨ, ਸੂਰਜਮੁਖੀ ਦੇ ਬੀਜ, ਗੁੜ, ਸ਼ੱਕਰ ਦੀ ਵਧੇਰੇ ਵਰਤੋਂ ਕਰਨ ਨਾਲ ਪੂਰੀ ਕਰ ਸਕਦੇ ਹਾਂ। ਤਿਲਾਂ ਦੇ ਬੀਜ ਅਤੇ ਮੂੰਗਫਲੀ ਤੋਂ ਸਾਨੂੰ ਬੜੀ ਚੰਗੀ ਕਿਸਮ ਦੀ ਪ੍ਰੋਟੀਨ ਮਿਲਦੀ ਹੈ। ਬਦਾਮ, ਕਾਜੂ, ਕਿਸ਼ਮਿਸ਼ ਬਹੁਤ ਮਹਿੰਗੇ ਹੋਣ ਕਾਰਨ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਹਨ। ਫਲਸਰੂਪ ਮੂੰਗਫਲੀ ਦਾ ਯੋਗ ਪ੍ਰਯੋਗ ਵੀ ਗੁਣਕਾਰੀ ਰਹਿੰਦਾ ਹੈ ਕਿਉਂਕਿ ਇਸ ਵਿੱਚ ਵੀ ਬਦਾਮ ਜਿੰਨੀ ਤਾਕਤ ਹੁੰਦੀ ਹੈ ਸਰਦੀਆਂ ਵਿੱਚ ਹਰੇ ਪੱਤੇ ਵਾਲੀਆਂ ਸਬਜ਼ੀਆਂ ਵਧੇਰੇ ਹੁੰਦੀਆਂ ਹਨ ਇਸ ਕਰਕੇ ਇਨ੍ਹਾਂ ਦਾ ਜਿੰਨਾ ਵੀ ਪ੍ਰਯੋਗ ਕੀਤਾ ਜਾਵੇ ਉਹਨਾਂ ਹੀ ਸਿਹਤ ਲਈ ਅੱਛਾ ਹੁੰਦਾ ਹੈ ਕਿਉਂਕਿ ਇਨ੍ਹਾਂ ਵਿੱਚ ਲੋਹਾ ਵਿਟਾਮਿਨ ਸੀ ਕਾਫੀ ਮਿਕਦਾਰ ਵਿੱਚ ਹੁੰਦਾ ਹੈ ਇਹ ਸਾਡੇ ਸਰੀਰ ਵਿੱਚ ਜਮ੍ਹਾਂ ਹੋ ਜਾਂਦਾ ਹੈ ਅਤੇ ਗਰਮੀਆਂ ਵਿੱਚ ਵਧੇਰੇ ਲਾਭਕਾਰੀ ਹੁੰਦਾ ਹੈ ਸਰਦੀਆਂ ਵਿੱਚ ਕਿਉਂਕਿ ਸਾਗ ਅਤੇ ਮੇਥੀ ਸਸਤੀ ਤੇ ਆਮ ਉਪਲਬਧ ਹੁੰਦੀ ਹੈ ਇਸ ਲਈ ਇਨਾਂ ਨੂੰ ਸੁਕਾ ਕੇ ਰੱਖਣ ਨਾਲ ਗਰਮੀਆਂ ਵਿੱਚ ਅਸੀਂ ਇਨਾਂ ਦੀ ਲੋੜੀਂਦੀ ਵਰਤੋਂ ਕਰ ਸਕਦੇ ਹਾਂ ਮੂਲੀ ਦੇ ਪੱਤੇ ਗੋਭੀ ਦੇ ਟੰਡਲ ਜੋ ਕਿ ਆਮ ਕਰਕੇ ਸੁੱਟ ਦਿੱਤੇ ਜਾਂਦੇ ਹਨ ਬਹੁਮੁੱਲੇ ਵਿਟਾਮਿਨਾ ਅਤੇ ਖਣਿਜ ਪਦਾਰਥਾਂ ਦਾ ਭੰਡਾਰ ਹਨ ਔਲੇ ਜ਼ਿਆਦਾਤਰ ਸਰਦੀਆਂ ਵਿੱਚ ਮਿਲਦੇ ਹਨ ਜੋ ਕਿ ਪ੍ਰੋਟੀਨ ਵਿਟਾਮਿਨ ਸੀ ਦਾ ਵਧੀਆ ਅਤੇ ਸਸਤਾ ਸੋਮਾ ਹਨ ਅਤੇ ਇਹ ਸਰੀਰ ਵਿੱਚ ਲੋਹੇ ਨੂੰ ਜਜ਼ਬ ਕਰਨ ਵਿੱਚ ਪਦਦ ਕਰਦੇ ਹਨ ਔਲੇ ਦੀ ਵਰਤੋਂ ਅਸੀਂ ਜ਼ਿਆਦਾ achar ਦੇ ਰੂਪ ਵਿੱਚ ਕਰਦੇ ਹਾਂ ਸਰਦੀਆਂ ਵਿੱਚ ਗੁੜ ਸ਼ੱਕਰ ਵੀ ਆ ਜਾਂਦੇ ਹਨ ਅਤੇ ਇਹਨਾਂ ਦੀ ਵਰਤੋਂ ਖੰਡ ਨਾਲੋਂ ਵਧੇਰੇ ਕਰਨੀ ਚਾਹੀਦੀ ਹੈ ਕਿਉਂਕਿ ਇਸ ਵਿੱਚ ਲੋਹਾ ਅਤੇ ਕਈ ਖਣਿਜ ਪਦਾਰਥ ਹੋਣ ਕਾਰਨ ਇਹ ਸਿਹਤ ਲਈ ਕਾਫੀ ਲਾਹੇਵੰਦ ਗਿਨੇ ਜਾਂਦੇ ਹਨ ਸਕੂਲ ਜਾਣ ਵਾਲੇ ਬੱਚਿਆਂ ਨੂੰ ਮੂੰਗਫਲੀ ਤਿਲ ਦੀ ਗੱਚਕ ਪੁੱਜੇ ਛੋਲਿਆਂ ਦੇ ਦਾਣੇ ਖਜੂਰ ਗੁੜ ਪਾਲਕ ਦਾ ਸਾਗ, ਮਿੱਸੀ ਰੋਟੀ ਆਦ ਦੇ ਸਕਦੇ ਹਾਂ। ਬੱਚਿਆਂ ਦੀ ਖੁਰਾਕ ਵਿੱਚ ਜੇ ਸੋਇਆਬੀਨ ਦਾ ਆਟਾ ਕਣਕ ਦੇ ਆਟੇ ਵਿੱਚ ਉਚਿਤ ਮਾਤਰਾ ਵਿੱਚ ਰਲਾ ਦਿੱਤਾ ਜਾਵੇ ਤਾਂ ਇਹ ਹੋਰ ਉਪਯੋਗੀ ਅਤੇ ਸਵਾਦਿਸ਼ਟ ਬਣ ਜਾਂਦਾ ਹੈ। ਜੇ ਹੋ ਸਕੇ ਤਾਂ ਹਰੇ ਪੱਤੇ ਵਾਲੀਆਂ ਸਬਜ਼ੀਆਂ ਵੀ ਰਲਾ ਦੇਣੀਆਂ ਚਾਹੀਦੀਆਂ ਹਨ ਜਿਸ ਨਾਲ ਵਿਟਾਮਿਨਾ ਅਤੇ ਕਈ ਖਣਿਜ ਪਦਾਰਥਾਂ ਦੀ ਮਾਤਰਾ ਵਧ ਜਾਂਦੀ ਹੈ। ਸਰਦੀਆਂ ਵਿੱਚ ਅੰਡੇ ਅਤੇ ਮੀਟ ਦੀ ਵਰਤੋਂ ਗਰਮੀਆਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ ਪਰ ਭਾਰਤ ਵਿੱਚ ਲੋਕਾਂ ਦੀ مالی ਹਾਲਤ ਕਮਜ਼ੋਰ ਹੋਣ ਕਰਕੇ ਅੰਡੇ ਅਤੇ ਮੀਟ ਦੀ ਵਰਤੋਂ ਸਾਡੀ ਖੁਰਾਕ ਵਿੱਚ ਬਹੁਤ ਘੱਟ ਕੀਤੀ ਜਾਂਦੀ ਹੈ। ਇਨ੍ਹਾਂ ਤੋਂ ਸਾਨੂੰ ਬੜੀ ਅੱਛੀ ਕਿਸਮ ਦੀ ਪ੍ਰੋਟੀਨ ਮਿਲਦੀ ਹੈ। ਪ੍ਰੋਟੀਨ ਤੋਂ ਇਲਾਵਾ ਲੋਹਾ ਅਤੇ ਵਿਟਾਮਿਨ B ਕਾਫੀ ਮਾਤਰਾ ਵਿੱਚ ਮਿਲਦੇ ਹਨ। ਬੱਚਿਆਂ ਦੇ ਵਾਦੇ ਲਈ ਅੰਡੇ ਬਹੁਤ ਜ਼ਰੂਰੀ ਹਨ। ਆਮ ਤੌਰ ਤੇ ਸਾਡੇ ਘਰਾਂ ਵਿੱਚ ਇਕੱਲਾ ਮੀਟ ਹੀ ਬਣਾਇਆ ਜਾਂਦਾ ਹੈ ਜੇ ਇਸ ਵਿੱਚ ਪਾਲਕ ਜਾਂ ਸ਼ਲਗਮ ਰਲਾ ਦਿੱਤੇ ਜਾਣ ਤਾਂ ਥੋੜਾ ਜਿਹਾ ਮੀਟ ਪਰਿਵਾਰ ਦੇ ਜ਼ਿਆਦਾ ਮੈਂਬਰ ਖਾ ਸਕਦੇ ਹਨ ਅਤੇ ਤਾਕਤ ਵੀ ਵਧੇਰੇ ਮਿਲ ਜਾਂਦੀ ਹੈ ਸਰਦੀਆਂ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਅਸੀਂ ਮਿਰਚ ਮਸਾਲੇ ਅਤੇ ਤਲੀਆਂ ਹੋਈਆਂ ਚੀਜ਼ਾਂ ਦੀ ਉਦੇਰੇ ਵਰਤੋ ਕਰਦੇ ਹਾਂ ਜੋ ਕਿ ਸਰੀਰ ਲਈ ਹਾਨੀਕਾਰਕ ਸਿੱਧ ਹੁੰਦੀ ਹੈ ਇਸ ਲਈ ਇਨਾਂ ਦੀ ਲੋੜਿੰਦੀ ਵਰਤੋ ਖੁਰਾਕ ਵਿੱਚ ਕਰਨੀ ਚਾਹੀਦੀ ਹੈ ਨਿਚੋੜ ਰੂਪ ਵਿੱਚ ਜੇ ਭੋਜਨ ਦੀ ਸਿਆਣਪ ਭਰੀ ਚੋਣ ਕੀਤੀ ਜਾਵੇ ਤਾਂ ਅਸੀਂ ਰਿਸ਼ਟ ਪੁਸ਼ਟ ਰਹਾਂਗੇ ਬਿਮਾਰੀਆਂ ਤੋਂ ਬਚੇ ਰਹਾਂਗੇ ਅਤੇ ਚੰਗੀ ਸਿਹਤ ਦਾ ਆਨੰਦ ਮਾਣਾਂਗੇ ਇਸ ਲਈ ਚੰਗੀ ਸਿਹਤ ਅਤੇ ਲੰਮੀ ਉਮਰ ਵਾਸਤੇ ਨਿਰੋਈ ਖੁਰਾਕ ਦਾ ਖਾਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਇਸ ਦਫ਼ਤਰ ਵੱਲੋਂ ਬੋਰਡ ਦੇ ਵੱਖ-ਵੱਖ ਦਫ਼ਤਰਾਂ ਵਿੱਚ ਸਾਲ 1990 ਤੱਕ ਭਰਤੀ ਹੋਏ ਦਰਜਾ 4 ਅਸਾਮੀਆਂ ਤੇ ਨਿਯੁਕਤ میٹرਿਕ ਪਾਸ ਕਰਮਚਾਰੀਆਂ ਦੇ ਵੇਰਵੇ ਮੰਗੇ ਗਏ ਸਨ ਤਾਂ ਜੋ ਯੋਗ ਕਰਮਚਾਰੀਆਂ ਦੀ ਸੀਨੀਅਰਤਾ ਅਤੇ ਮੈਰਿਟ ਦੇ ਆਧਾਰ ਤੇ ਸੂਚੀ ਤਿਆਰ ਕੀਤੀ ਜਾ ਸਕੇ ਇਸ ਵਿਸ਼ੇ ਸੰਬੰਧੀ ਇਸ ਦਫ਼ਤਰ ਵੱਲੋਂ ਪਹਿਲਾਂ ਵੀ ਕਈ ਵਾਰ ਪੱਤਰ ਲਿਖੇ ਜਾ ਚੁੱਕੇ ਹਨ ਡੰਡੀ ਸਟਾਪ